ਹੈਲੋ ਵੀਰ ਅਸਲਾਮੁਆਲੇਕਮ ਦੋਸਤੋ ਇਹ ਦੋ ਜਹਾਜ਼ ਆਪਾਂ ਕੱਲ ਨਵੇਂ ਮਂਗਾਏ ਸਣ ਹਲ ਨੇ ਤੇ ਕਲਟੀਵੇਟਰ ਨੇ ਇਹ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਸ਼ਨ ਵੀਡੀਓ ਆ ਤੇ ਕੁਝ ਤੁਹਾਡੇ ਸਵਾਲਾਂ ਦੇ ਜਵਾਬ ਵੀ ਇਹਦੇ ਵਿੱਚ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਸਟਾਰਟ ਆਪਾਂ ਪਹਿਲੇ ਰੂਟਾ ਵੈਟਰ ਤੋਂ ਕਰਦੇ ਆ ਦੋਸਤੋ ਇਹ ਰੂਟਾ ਵੈਟਰ ਆ ਛਾਟ ਕਟਰ ਛਾਟ ਕਟਰ ਦਾ ਰੂਟਾ ਵੈਟਰ ਆ ਇਹਦੀ ਅੰਦਰੋਂ ਅੰਦਰ ਪਮੈਸ ਜਿਹੜੀ ਆ ਉਹ 104 ਇੰਚ ਇਹ ਸੈਇਦ ਜ਼ਰਈ ਇੰਡਸਟਰੀ ਉਕਾੜੇ ਦਾ ਬਣਿਆ ਹੋਇਆ ਸੈਇਦ ਜ਼ਰਈ ਇੰਡਸਟਰੀ ਉਕਾੜੇ ਵਾਲਿਆਂ ਦਾ ਇਹ ਕਹਿਣਾ ਹੈ ਕਿ ਅਸੀਂ ਹਰ ਸਾਲ ਹਰ ਜ਼ਰਈ ਇੰਪਲੀਮੈਂਟ ਦੇ ਵਿੱਚ ਤਬਦੀਲੀ ਕਰਦੇ ਹਾਂ ਅਸੀਂ ਸਿਰਫ ਸਟicker ਚੇਂਜ ਨਹੀਂ ਕਰਦੇ ਅਸੀਂ ਓਵਰਆਲ ਪੂਰੀ ਪੋਜੀਸ਼ਨ ਜਾਂ ਪੂਰੀ ਚੀਜ਼ ਜਿਹੜੀ ਬਣਦੀ ਉਹਦੇ ਅੰਦਰ ਹਰ ਮਮਕਨ ਕੋਸ਼ਿਸ਼ ਕਰਦੇ ਹਾਂ ਕਿ ਕਾਫੀ ਸਾਰੀਆਂ ਚੀਜ਼ਾਂ ਤਬਦੀਲ ਕਰੀਏ ਉਹ ਕਹਿੰਦੇ ਨੇ ਵੀ ਸਾਡੇ ਕੋਲੋਂ ਲੋਕ ਹਰ ਸਾਲ ਜਿਹੜਾ ਆ ਤਬਦੀਲੀ ਮੰਗਦੇ ਆ ਤੇ ਅਸਾ ਆਪਣਾ ਬਿਹਤਰੀ ਦੀ ਤਰਫ ਇੱਕ ਕਦਮ ਸਮਝਦੇ ਆ ਆਪਣਾ ਵੀ ਅਸੀਂ ਹਰ ਸਾਲ ਤਬਦੀਲੀ ਕਰਦੇ ਹਾਂ ਇਹ 2024 ਦਾ ਮਾਡਲ ਇਹਨੂੰ ਗਿਣਦੇ ਨੇ ਜੀ ਸੈਇਦ ਜ਼ਰੀ ਇੰਡਸਟਰੀ ਵਾਲੇ ਇਹ ਉਹਨਾਂ ਦਾ ਪਿੱਛੇ ਸਟicker ਲੱਗਾ ਹੋਇਆ ਸੈਇਦ ਦਾ ਨੰਬਰ ਸ਼ੰਬਰ ਜਿਹੜਾ ਹੈ ਉਹ ਥੱਲੇ ਵੀ ਆ ਜਾਏਗਾ ਮੈਂ ਮਜ਼ੀਦ ਲਾ ਕੇ ਕਰਕੇ ਦਿਖਾ ਵੀ ਦਿਆਂਗਾ ਅਗਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਹਨਾਂ ਨੇ ਇਸ ਦੇ ਵਿੱਚ ਦੋ ਤਿੰਨ ਤਬਦੀਲੀਆਂ ਵੀ ਕੀਤੀਆਂ ਨੇ ਇਸ ਰੂਟਾ ਬੈਟਰ ਦੇ ਮੁਤਲਕ ਤੁਹਾਡੇ ਕੋਈ ਸਵਾਲ ਵੀ ਹੋਣੇ ਉਹ ਵੀ ਮੈਂ ਖਬਰ ਕਰਾਂਗਾ ਦੋਸਤੋ ਰੂਟਾ ਬੈਟਰ ਦੇ ਪਿੱਛੇ ਇਹ ਵਾਲੀ ਜਿਹੜੀ ਪਹਿਲੇ ਪਿੱਛੇੋਂ ਗੱਲ ਕਰੀਏ ਇਹਦੇ ਇਹ ਜਿਹੜੀ ਸਪਰਿੰਗ ਸਿਸਟਮ ਲਗਾਇਆ ਜਾਂਦਾ ਹੈ ਆਮ ਤੌਰ ਤੇ ਜਾਂ ਦੋ ਲਗਾਏ ਜਾਂਦੇ ਨੇ ਜਾਂ ਚਾਰ ਵੀ ਲੋਕ ਸ਼ੌਕ ਤੋਂ ਲਾਉਂਦੇ ਇਹਦਾ ਮਕਸਦ ਹੋਰ ਕੁਝ ਨਹੀਂ ਹੁੰਦਾ ਸਵਾਏ ਇਸ ਤੋਂ ਕਿ ਜਿਹੜਾ ਪਿਛਲੀ ਸਾਈਡ ਤੇ ਜ਼ਮੀਨ ਹੈ ਕਟਾਈ ਕਰਕੇ ਆ ਰਹੀ ਹੁੰਦੀ ਉਹਨੂੰ ਪਾਲਿਸ਼ ਕਰਨਾ ਸਵਾਗੇ ਦਾ ਕੰਮ ਕਰਨਾ ਜਾਂ ਪਾਲਿਸ਼ ਕਰਨਾ ਲੇਕਿਨ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਇਹ ਸਵਾਗੇ ਦਾ ਕੰਮ ਪ੍ਰੋਪਰ ਟਾਪਾ ਕਰ ਜਾਂਦਾ ਹੈ ਲੇਕਿਨ ਸਵਾਗੇ ਦਾ ਇੱਕ ਆਪਣਾ ਲੈਵਲ ਹੈ ਉਹਦਾ ਕਾਫੀ ਵਜ਼ਨ ਹੁੰਦਾ ਲੇਕਿਨ ਉਹਦੇ ਇਹਦੇ ਦਬਾਅ ਨਾਲ ਕੰਮਸ ਕਮ ਮਿੱਟੀ ਪਿੱਛੋਂ ਪਾਲਿਸ਼ ਹੁੰਦੀ ਹੈ ਔਰ ਉਹ ਖੂਬਸੂਰਤ ਲੱਗਦੀ ਹੈ ਕੋ ਮੜਾ ਮੋਟਾ ਰੋੜਾ ਇਹਦੇ ਟਾਇ ਚੜਦਾ ਹੋਊਗਾ ਤੇ ਉਹਨੂੰ ਵੀ ਇਹ ਜ਼ਰੂਰ ਆਸਰਾ ਕਰਦਾ ਹੋਊਗਾ ਛੋਟਾ ਮੋਟਾ ਇਹ ਇਸ ਕਰਕੇ ਇਹ ਬਿਹਤਰੀਨ ਚੀਜ਼ ਆ ਇਹ ਲਗਾਉਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਇਹ ਜ਼ਰੂਰੀ ਆ ਦੂਜਾ ਇਹਦਾ ਇਹ ਫਾਇਦਾ ਹੁੰਦਾ ਆ ਵੀ ਜਿਹੜਾ ਟਾਪਾ ਪਰ ਰੋਡ ਤੇ ਜਾਂਦੇ ਆ ਆ ਜਿਹੜੀਆਂ ਸੰਗਲੀ ਸਿਸਟਮ ਆ ਨਾ ਇਹ ਬਹੁਤ ਪੁਰਾਣੇ ਹੋ ਚੁੱਕੇ ਨੇ ਇਹ ਉਹਨਾਂ ਨੇ ਤਾਂ ਖੈਰ ਡਬਲ ਦੇ ਦਿੱਤਾ ਹੁਣ ਇਹ ਵੀ ਦੇ ਦਿੱਤਾ ਆ ਐਕਸਟਰਾ ਦੇ ਦਿੱਤਾ ਵੀ ਕੱਲਾ ਇਹਦੇ ਤੇ ਬੋਝ ਨਾ ਰਵੇ ਤੇ ਆ ਜਿਹੜਾ ਸੰਗਲੀ ਸਿਸਟਮ ਸੀ ਇਹਦੇ ਤੇ ਟਾਪਾ ਚੋਕ ਹੋ ਕੇ ਵੱਜਦਾ ਸੀ ਜੰਪ ਲੱਗਦਾ ਸੀ ਤਾਂ ਇਹਦੇ ਨਾਲ ਜੰਪ ਵੀ ਨਹੀਂ ਲੱਗਦਾ ਤੁਸੀਂ ਜਾ ਰਹੇ ਆ ਰੋਡ ਤੇ ਤੇ ਇਸ ਤਰੀਕੇ ਚੋਕ ਹੋ ਕੇ ਵੱਜੇ ਤੇ ਜੰਪ ਨਹੀਂ ਲੱਗਦਾ ਅੱਛਾ ਜੀ ਇਸ ਤੋਂ ਇਲਾਵਾ ਕੀ ਤਬਦੀਲੀ ਆ ਜੀ ਇਸ ਤੋਂ ਇਲਾਵਾ ਤਬਦੀਲੀ ਇਹਦੇ ਵਿੱਚ ਇਹ ਹੈ ਜੀ ਕਿ ਉਹਨਾਂ ਨੇ ਆਪਣੇ ਜਿਹੜਾ ਸਟicker ਪਿੱਛੋਂ ਇਹ ਚੇਂਜ ਕੀਤੇ ਨੇ ਉਹਨਾਂ ਦੇ ਬਕੌਲ ਕੇ ਅਸੀਂ ਸਟicker ਜਿਹੜੇ ਨੇ ਇਹ ਰਿਫਲੈਕਟਰ ਕਰ ਦਤੇ ਨੇ ਰਾਤ ਨੂੰ ਪਿੱਛੋਂ ਜਾਂਦੇ ਆ ਮੈਂ ਰੋਸ਼ਨੀ ਪਵੇ ਤੇ ਇਹ ਰਿਫਲੈਕਟ ਰੋਸ਼ਨੀ ਪਿੱਛੋਂ ਰਿਫਲੈਕਟ ਕਰਨਗੇ ਤੇ ਪਿੱਛੇ ਅਗਰ ਬੱਤੀ ਕੋਈ ਟਰੈਕਟਰ ਦੇ ਜਾਂ ਟਰੈਕਟਰ ਦੇ ਮਗਰ ਨਹੀਂ ਹੈ ਤਾਂ ਉਹਦੇ ਮੁਤਲਕ ਤੁਹਾਨੂੰ ਪਿੱਛੋਂ ਬੱਤੀ ਨਾਲ ਪਿੱਛੋਂ ਪਿਛਲੇ ਬੰਦੇ ਨੂੰ ਪਤਾ ਲੱਗ ਜਵੇ ਇਸ ਤੋਂ ਇਲਾਵਾ ਇਹਨਾਂ ਨੇ ਸਾਈਡ ਟਾਪਾ ਜਿਹੜਾ ਆ ਉਹਨੂੰ ਚੇਂਜ ਕੀਤਾ ਹੈ ਪਹਿਲੇ ਡਿਜ਼ਾਈਨ ਹੋਰ ਸੀ ਹੁਣ ਹੋਰ ਡਿਜ਼ਾਈਨ ਕੀਤਾ ਆ ਇਸ ਤੋਂ ਇਲਾਵਾ ਇਹਨਾਂ ਦਾ ਇਹ ਕਹਿਣਾ ਜੀ ਕਿ ਅਸੀਂ ਇਦੋ ਵਿਚਾਰ ऑयल ਲਿਖਿਆ ਹੋਇਆ 3.5 ਲੀਟਰ ऑयल ਲਿਖਿਆ ਇਹ ਕਹਿੰਦੇ ਨੇ ਵੀ ਸਾਡੇ ਰੂਟਾ ਵੈਟਰ ਦੇ ਵਿੱਚ ਅਸੀਂ ਗਰਾਰੀਆਂ ਨੂੰ ਇਦਾਂ ਪਾਲਿਸ਼ ਕੀਤਾ ਆ ਔਰ ਆਲਰੇਡੀ ਸਮਝ ਲਓ ਵੀ ਇਹਨੂੰ ऑयल ਦੇ ਵਿੱਚ ਚਲਾ ਕੇ ਜਾਂ ਰਨਿੰਗ ਕਰਕੇ ਇਹਨੂੰ ਪਹਿਲੇ ਇੰਨਾ ਕੁ ਕੀਤਾ ਹੋਇਆ ਵਾ ਕਿ ਤੁਹਾਨੂੰ ਹਰ ਗੇਜ਼ ਕੋਈ ਜ਼ਰੂਰਤ ਨਹੀਂ ਹੈ ਛੇਤੀ ਤੇਲ ਬਦਲਣ ਦੀ ਤੇ ਤੁਸੀਂ 2 ਸਾਲ ਤੱਕ ਇਹਦਾ ਤੇਲ ਨਹੀਂ ਬਦਲਣਾ ਫਿਰ ਇਹਨਾਂ ਨੇ ਕੀ ਤਬਦੀਲੀ ਕੀਤੀ ਹੈ ਜੀ ਇੱਕ ਇਹਨਾਂ ਨੇ ਪਾਏ ਪਾ ਚੌਰਸ ਲਗਾਉਂਦੇ ਸੀ ਇਹਨਾਂ ਨੇ ਉਹਨੂੰ ਗੋਲ ਲਾਉਣਾ ਸ਼ੁਰੂ ਕਰ ਦਿੱਤਾ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਲਗਾਉਂਦੇ ਨੇ ਕੁਝ ਇਹ ਆਹ ਵਾਲੀ ਪਲੇਟ ਇਹਨਾਂ ਦੀ ਇਥੋਂ ਪਲੇਨ ਇੱਥੇ ਤੱਕ ਸਿੱਧੀ ਆਉਂਦੀ ਹੁੰਦੀ ਸੀ ਇਹਨਾਂ ਨੇ ਇਹ ਥੋੜਾ ਜਿਹਾ ਇਹਨੂੰ ਬੈਂਡ ਦੇ ਦਿੱਤਾ ਸ਼ਾਇਦ ਇਹਨਾਂ ਦਾ ਇਹ ਜ਼ੇਨ ਹੋਏਗਾ ਕਿ ਜਿਹੜੀ ਮਿੱਟੀ ਆ ਉਹ ਕਟਾਈ ਕਰਕੇ ਬਲੇਡ ਅੱਗੇ ਨਾ ਸਿੱਟਣ ਇਥੋਂ ਗੁਲਾਈ ਕਰਕੇ ਉੱਥੇ ਕਰੀਬ ਹੀ ਉਹਨੂੰ ਥੱਲੇ ਲਾਉਂਦੇ ਜਾਣ ਅੱਛਾ ਜੀ ਇਸ ਤੋਂ ਅੱਗੇ ਇੱਥੇ ਸ਼ਕੰਜਾ ਆਉਂਦਾ ਇਹਨਾਂ ਨੇ ਇੱਕ ਪਾਈਪ ਦੇ ਉੱਪਰ ਇੱਕ ਰਿੰਗ ਬਣਾ ਕੇ ਇਹ ਚਾੜਿਆ ਹੋਇਆ ਉੱਪਰ ਹੈ ਪ੍ਰੋਪਰ ਹੈ ਵੇਖੋ ਇਹ ਵੈਲਡਿੰਗ ਉਹਨੂੰ ਫਿਰ ਵੈਲਡਿੰਗ ਕੀਤਾ ਉਹ 56 ਕੁ ਘਰਸੇ ਤੋਂ ਬਾਅਦ ਲੂਜ਼ ਜਾਂ ਖਰਾਬ ਹੋਣ ਨਾਲ ਲੂਜ਼ਿੰਗ ਹੁੰਦੀ ਆ ਜਾਂ ਕਾਬਲੇ ਲੂਜ਼ ਹੋਣਾ ਸ਼ੁਰੂ ਹੋ ਜਾਂਦੇ ਕਾਫੀ ਵਜ਼ਨ ਹੁੰਦਾ ਰੂਟਾ ਵੈਟਰ ਦਾ ਤਾਂ ਇਹਨਾਂ ਨੇ ਫਿਰ ਇਹਨੂੰ ਪ੍ਰੋਪਰੀ ਫਿਕਸ ਕਰ ਦਿੱਤਾ ਹੈ ਇਹਦੇ ਵਿੱਚ ਇਹਨਾਂ ਨੇ ਤਿੰਨ ਐਡਜਸਟਰ ਤੁਹਾਨੂੰ ਦਿੱਤੀਆਂ ਨੇ ਕਿ ਜਿੱਥੇਕ ਤੁਹਾਡਾ ਟਰੈਕਟਰ ਬਰਦਾਸ਼ਤ ਕਰਦਾ ਹੈ ਐਡਜਸਟ ਜਿਹੜੀ ਤੇ ਤੁਹਾਨੂੰ ਮناسب ਲੱਗਦਾ ਜਾਂ ਜਿੰਨੀ ਕੁ ਹਾਈਟ ਤੁਹਾਨੂੰ ਚਾਹੀਦੀ ਆ ਇਹਨਾਂ ਨੇ ਉਹਨੂੰ ਚੇਂਜ ਕੀਤਾ ਹੈ ਇਹਦੇ ਵਿੱਚ ਵੀ ਸ਼ੇਮ ਹੀ ਇਹਨਾਂ ਨੇ ਇਦਾਂ ਹੀ ਦੇ ਦਿੱਤੇ ਕਈ ਵਾਰ ਤੁਹਾਡੀ ਟਾਪ ਲਾਈਨ ਖਰਾਬ ਹੁੰਦੀ ਆ ਸੌ ਵਾਧਾ ਕਾਟਾ ਹੋ ਜਾਂਦਾ ਫਿਰ ਇਹ ਕਹਿੰਦੇ ਨੇ ਵੀ ਸਾਡਾ ਰੂਟਾ ਵੈਟਰ ਨਾਰਮਲ ਜ ਉਹਨਾਂ ਚੱਕੋਂਗੇ ਤੇ ਸਾਡਾ ਰੂਟਾ ਵੈਟਰ ਦਾ ਕਰਾਸ ਨਹੀਂ ਟੁੱਟੂਗਾ ਹੁਣ ਤਾਂ ਫੁੱਲ ਹਾਈਟ ਤੇ ਚੱਕਿਆ ਗਿਆ ਨਾ ਹੁਣ ਤਾਂ ਇਹਨੂੰ ਟਰਾਂਸਪੋਰਟ ਕਰਨ ਵਾਸਤੇ ਜਿਵੇਂ ਜਪਾ ਲਿਜਾਣ ਵਾਸਤੇ ਚੁੱਕਦੇ ਉਵੇਂ ਚੁੱਕਿਆ ਤਾਂ ਕਰਾਸ ਇਧਰੋਂ ਪਾਈਪ ਦੇ ਨਾਲ ਲੱਗਾ ਤੇ ਉਧਰੋਂ ਹੇਚ ਦੇ ਨਾਲ ਤਾਂ ਖੈਰ ਨਹੀਂ ਲੱਗਾ ਤੇ ਲੇਕਿਨ ਇਹਨਾਂ ਨਹੀਂ ਆਪਾਂ ਚੁੱਕਦੇ ਇਹ ਫੁੱਲ ਚੁੱਕਿਆ ਹੋਇਆ ਵਾ ਐ ਕੁਝ ਚੀਜ਼ਾਂ ਸਿਗੀਆਂ ਇਹਦੇ ਵਿੱਚ ਅੱਛਾ ਥੱਲੇ ਆ ਜਾਓ ਜਿਹੜੀ ਮੇਜਰ ਤਬਦੀਲੀ ਆ ਜਿਹਦੇ ਉੱਤੇ ਇਹਨਾਂ ਦਾ ਕਹਿਣਾ ਜ਼ਿਆਦਾ ਜ਼ੋਰ ਆ ਉਹ ਇਹ ਆ ਕਿ ਇਹਨਾਂ ਨੇ ਹੱਬ ਜਿਹੜੀ ਆ ਇਹਨੂੰ ਲੰਬਾ ਕਰ ਦਿੱਤਾ ਇਹਦੇ ਵਿੱਚ ਤਿੰਨ ਇਹਨਾਂ ਨੇ ਇਹ ਜਿਹੜੇ ਨੇ ਉਹ ਵਾਇਰਿੰਗ ਪਾ ਦਿੱਤੇ ਨੇ ਇਹਨਾਂ ਦੇ ਬਕੌਲ ਇੰਤਹਾਹੀ ਮਜ਼ਬੂਤ ਕਿਸਮ ਦੀਆਂ ਸੀਸਿਲਾ ਜਿਹਦੇ ਵਿੱਚ ਯੂਜ਼ ਕੀਤੀਆਂ ਨੇ ਸਾਡਾ ਜਿਹੜਾ ਇਹ ਰੂਟ ਆ ਵਾਟਰ ਹੈ ਉਹ ਵਾਟਰ ਪ੍ਰੂਫ ਹੈ ਇਹਨੂੰ ਤੁਸੀਂ ਹਰਗੇਸ ਜਿਹੜਾ ਇਹ ਕਦੀ ਵੀ ਤੁਹਾਨੂੰ ਪਾਣੀ ਚ ਧੋਖਾ ਨਹੀਂ ਦੇਊਗਾ ਜਾਂ ਖਰਾਬ ਨਹੀਂ ਕਰੂਗਾ ਫਿਰ ਇਹਨਾਂ ਨੇ ਕਾਬਲੇ ਜਿਹੜੇ ਨੇ ਦੋਸਤੋ ਉਹ ਲਾਕ ਵਾਲੇ ਯੂਜ਼ ਕੀਤੇ ਨੇ ਇਹ ਦੇਖੋ ਲਾਕ ਵਾਲਾ ਕਾਬਲਾ ਯੂਜ਼ ਕੀਤਾ ਹੈ ਇਸ ਦੇ ਇਹਦਾ ਫਾਇਦਾ ਤੁਹਾਨੂੰ ਇਹ ਹੁੰਦਾ ਵੀ ਅਕਸਰ ਕੁਆਡ ਜਿਹੜੇ ਯੂਜ਼ਰ ਹੋ ਤੁਸੀਂ ਤੁਹਾਨੂੰ ਅੰਦਾਜ਼ਾ ਹੋਣਾ ਆ ਕਿ ਜਦੋਂ ਆਪਾਂ ਰੂਟਾ ਵੈਟਰ ਚਲਾਉਂਦੇ ਆਂ ਤੇ ਛੁਰੀਆਂ ਦੇ ਵਿੱਚ ਕੋਈ ਚੀਜ਼ ਟਕਰਾ ਜਾਵੇ ਛੁਰੀ ਢਿੱਲੀ ਹੋ ਜਾਂਦੀ ਹੈ ਛੁਰੀ ਖੁੱਲ ਵੀ ਜਾਂਦੀ ਹੈ ਕਈ ਵਾਰ ਮੇਨਾਂ ذاتی ਤੌਰ ਤੇ ਇੱਕ ਵਾਰ ਹੋ ਹਟਿਆ ਆ ਇੱਕ ਰੂਟਾ ਵੈਟਰ 60 ਕਟਰ ਪਿਛਲੇ ਦਿਨ ਚਲਾਉਂਦਿਆਂ ਹੋਇਆ ਤੇ 60 ਕਟਰ ਚਲਾਉਂਦਿਆਂ ਹੋਇਆ ਇਹ ਕੁਛ ਇਹਨਾਂ ਦੀ ਬਣਤਰ ਹੈ ਅੰਦਰੋਂ ਛੁਰੀਆਂ ਦਾ ਡਿਜ਼ਾਈਨ ਹੈ ਇਸ ਤਰੀਕੇ ਕਟਿੰਗ ਇਹਨਾਂ ਦੀ ਇਸ ਤਰੀਕੇ ਆ ਛੁਰੀਆਂ ਦਾ ਲੱਗਣ ਦਾ ਸਟਾਈਲ ਜਿਹੜਾ ਆ ਇਹ ਇੱਥੇ ਆ ਕੇ ਬੈਂਡ ਥੱਲੇ ਖਤਮ ਹੁੰਦਾ ਹੈ ਉਧਰੋਂ ਉਤੋਂ ਸ਼ੁਰੂ ਹੁੰਦਾ ਇੱਥੇ ਖਤਮ ਹੁੰਦਾ ਹੈ ਜਿਹੜੇ ਬੰਦਿਆਂ ਨੂੰ ਇਸ ਗੱਲ ਦੀ ਸਮਝ ਆ ਉਹਨਾਂ ਨੂੰ ਸਮਝ ਆ ਇਹਨਾਂ ਨੇ ਦੋ ਇਹਨਾਂ ਨੇ ਜੀ ਇਹਦੇ ਵਿੱਚ ਤਿੰਨ ਵੈਰਿੰਗ ਕਰ ਦਿੱਤੇ ਨੇ ਇਹ ਕਹਿੰਦੇ ਨੇ ਵੀ ਸਾਡਾ ਰੂਟਾ ਬੈਟਰ ਹੋਣ ਜੀ ਅੱਗੇ ਨਾਲੋਂ ਵੀ ਬਿਹਤਰ ਔਰ ਰੈਲਾ ਚੱਲੂਗਾ ਔਰ ਬਿਹਤਰੀਨ ਚੱਲੂਗਾ ਅੱਗੇ ਆ ਗਿਆ ਮਾਮਲਾ ਹੁੱਕ ਵਾਲਾ ਕਈ ਬੰਦੇ ਆਂਦੇ ਨੇ ਵੀ ਹੁੱਕ ਜਿਹੜੀ ਆ ਇੱਥੇ ਫਾੜਾ ਜਿਹੜਾ ਆ ਉਹ ਯੂਜ਼ ਕਰਨਾ ਆ ਤਾਂ ਉਹਦੇ ਵਾਸਤੇ ਇਹਨਾਂ ਨੇ ਇਹ ਚੀਜ਼ ਲਗਾਈ ਹੋਈ ਆ ਫਾੜੇ ਵਾਸਤੇ ਇਹਦੇ ਵਿੱਚ ਤੁਸੀਂ ਫਾੜਾ ਇਹਨਾਂ ਨਾਲ ਦਿੱਤਾ ਆ ਤੁਸੀਂ ਉਹਨੂੰ ਫਾੜੇ ਨੂੰ ਇਸੇ ਦੋ ਕਾਬਲੇ ਇਹਨਾਂ ਨੇ ਨਾਲ ਦਿੱਤੇ ਨੇ ਤੁਸੀਂ ਸਿਰਫ ਇਦਾਂ ਕਰਕੇ ਤੁਸੀਂ ਉਹ ਫਾੜਾ ਇਹਦਾ ਨਾਲ ਲਾਉਣਾ ਲੋਹੇ ਦਾ ਬਣਿਆ ਹੋਇਆ ਐਂਗਲ ਜੇ ਇਹਦਾ ਐਸੇ ਤਰੀਕੇ ਦਾ ਬਣਿਆ ਤੇ ਤੁਸੀਂ ਇਥੇ ਉਹਨੂੰ ਕੱਸ ਦੇਣਾ ਹੈ ਤੇ ਜਨਾਬ ਇਹ ਟਾਈਟ ਹੋ ਜਾਣਾ ਤੇ ਤੁਸੀਂ ਇਹਨੂੰ ਗਹਿਰਾਈ ਦੇ ਵਿੱਚ ਲੈ ਜਾਣ ਵਾਸਤੇ ਉਹਨੂੰ ਯੂਜ਼ ਕਰ ਦੇ ਸਕਦੇ ਆ। ਇਹ ਸਗਾ 66 ਘਟਰ ਦਾ ਰੂਟਾ ਵੈਟਰ ਇਹਦੀ ਜੇਕਰ ਕੀਮਤ ਦੀ ਗੱਲ ਕਰੀਏ ਤੇ ਹਾਲੀਆ ਜਿਹੜੀ ਕੀਮਤ ਹੈ ਤਕਰੀਬਨ 4 ਲੱਖ ਤੋਂ ਉੱਪਰ ਹੈ। ਗਾਲਬਨ 25 ਜਾਂ 35 ਹਜ਼ਾਰ ਰੁਪਏ ਦਾ ਸਾਨੂੰ ਇਹ ਲੱਗਾ ਆ। 4 ਲੱਖ ਪਲੱਸ ਹੈ। ਇਹਨਾਂ ਦੇ ਨਏ ਨਏ ਦੀ ਕੀਮਤ ਹੈ। ਇਹਨੂੰ 24 ਮਾਡਲ ਜਿਹਨੂੰ ਇਹ ਗਿੰਦੇ ਨੇ ਸੈਦ ਜ਼ਰੀ ਇੰਡਸਟਰੀ ਵਾਲੇ। ਮਜ਼ੀਦ ਇਹਦੀ ਪਰਫਾਰਮੈਂਸ ਵੀ ਦਿਓ ਨੈਕਸਟ ਤੁਹਾਨੂੰ ਮੈਂ ਦੇ ਦਿਆਂਗਾ। ਅੱਛਾ ਆਖਰੀ ਸਵਾਲ ਦੋਸਤਾਂ ਦੇ ਜਿਹੜੇ ਮੈਂ ਹੁਣ ਕਹਿੰਦਾ ਸੀ ਕਵਰ ਕਰੂੰਗਾ ਰੂਟਰ ਦੇ ਮੁਤਲਕ ਦੋਸਤਾਂ ਦਾ ਇਹ ਆਖਣ ਸੀਗਾ ਜੀ ਕਿ ਤੁਸੀਂ ਰੂਟਾ ਵੈਟਰ ਲਿਆ ਆ ਜੀ 64 ਕਟਰ ਕਿਉਂ ਲਿਆ ਤੇ ਹੱਡ ਕੋ ਪਹਿਲੇ 78 ਕਟਰ ਸੀ ਦੋਸਤੋ 78 ਕਟਰ ਦੇ ਨਾਲ ਮੈਨੂੰ ਕੋਈ ਮਸਲਾ ਨਹੀਂ ਸੀ ਮੈਂ ਤੁਹਾਨੂੰ ਇੱਕ ਬੜੇ ਪਲਾਟ ਉਹਦੇ ਨਾਲ ਵਾਹ ਕੇ ਵੀ ਦਿਖਾਏ ਹੋਏ ਨੇ ਸਭ ਤੋਂ ਸਾਨੂੰ ਜਿਹੜਾ ਮੇਨ ਮਸਲਾ ਆ ਰਿਹਾ ਸੀ ਉਹਦੀ ਪਮੈਸ਼ ਉਹ ਸੀਗੀ ਸਾਡੇ 10 ਫੁੱਟ 100 ਤੇ 24 ਇੰਚ ਉਹਦੀ ਅੰਦਰੋਂ ਅੰਦਰ ਪਮੈਸ਼ ਸੀ ਸਾਨੂੰ ਰੋਡ ਤੇ ਮਸਲਾ ਬਣਦਾ ਸੀ ਮੈਂ سنگਲੀਆਂ ਦੇ ਵਿੱਚ ਯੂ ਜਿਹੜੇ ਨੇ ਨਾ ਉਹ ਪਾਏ ਨੇ ਛੋਟੇ ਯੂ ਪੈਂਦੇ ਨਹੀਂ ਸੀ ਫੀ ਮੈਸੀ ਦੇ ਯੂ ਵੱਡੇ ਸੀਗੇ ਸੰਗਲੀ ਫੁੱਲ ਟਾਈਟ ਕਰਕੇ ਵੀ ਇਹਦੇ ਵਿੱਚ ਪਲੇ ਬਚਦੀ ਸੀ ਮੈਂ ਤੁਹਾਨੂੰ ਦਿਖਾਉਣਾ ਇਹ ਇਹ ਚੀਜ਼ ਇਹ ਆ ਦੇਖੋ ਆ ਕਿੰਨੀ ਪਲੇ ਆ ਇਹ ਇਨੀ ਪਲੇ ਜਿਹਲੇ ਉਹਨੂੰ ਰੂਟਾ ਵੈਕਟਰ ਦਾ 78 ਕਤਰ ਦਾ ਅੱਛਾ ਖਾਸਾ ਵਜ਼ਨ ਹੈ ਜਿਹੜੇ ਦੋਸਤ ਯੂਜ਼ਰ ਹੋ ਉਹਨੂੰ ਅੰਦਾਜ਼ਾ ਹੋਣਾ ਫਿਰ ਉਕਾੜੇ ਵਾਲੇ ਦਾ ਵੈਸੇ ਹੀ ਮਸ਼ਹੂਰ ਨੇ ਲੋਹਾ ਥੱਪਣੇ ਚ ਇਹ ਤਾਂ ਲੋਹਾ ਲਾਉਣ ਵਾਲੀ ਅਖੀਰ ਕਰ ਦਿੰਦੇ ਨੇ ਤਾਂ ਦੋਸਤੋ ਉਹਦੇ ਵਿੱਚ ਸੀਨ ਇਹ ਹੋਇਆ ਕਿ ਉਹ ਸੰਗਲੀਆਂ ਆਏ ਦਿਨ ਖਾਲੇ ਬੰਨੇ ਤੇ ਟੁੱਟਦੀ ਸੀ ਨਾਲੇ ਸਾਡਾ ਇਲਾਕਾ ਥੋੜਾ ਬੈਕਵਰਡ ਏਰੀਆ ਹੈ ਇੱਥੇ ਜੰਪ ਖੱਡੇ ਬਹੁਤ ਵੱਡੇ ਵੱਡੇ ਨੇ ਇੱਥੇ ਡਿਵੈਲਪਮੈਂਟ ਨਹੀਂ ਹੋਈ ਨਾ ਹੀ ਹੁੰਦੀ ਏ ਸੋ ਉਹ ਜੰਪਾਂ ਦੇ ਵਿੱਚ ਅਸੀਂ ਆਏ ਦਿਨ ਕੋਈ ਨਾ ਕੋਈ ਸੰਗਲੀ ਤੋੜ ਲੈਂਦੇ ਸਾਨੂੰ ਹੋਰ ਉਹਦੇ ਨਾਲ ਕੋਈ ਮਸਲਾ ਨਹੀਂ ਸੀ ਸਾਰੇ ਦੋਸਤਾਂ ਨੂੰ ਉਹਦੀ ਪਰਫਾਰਮੈਂਸ ਵੀਡੀਓ ਹਰ ਜਗ੍ਹਾ ਦੀਆਂ ਪਈਆਂ ਅਸੀਂ ਖੇਡਾਂ ਤੇ ਚਲਾਇਆ ਅਸੀਂ ਬੱਤਰ ਤੇ ਚਲਾਇਆ ਹਰ ਮਾਮਲੇ ਚਲਾਇਆ ਠੀਕ ਹੈ ਝੂਠ ਬੋਲਣ ਦਾ ਫਾਇਦਾ ਕੋਈ ਨਹੀਂ ਨਾ ਹੀ ਆਪਣਾ ਕੋਈ ਜਿਹੜਾ ਆ ਉਹ ਇਹਨਾਂ ਦਾ ਹਿੱਸਾ ਆ ਠੀਕ ਹੈ ਤੇ ਜਿਹੜੀ ਜੈਨੂਇਨ ਬਾਤ ਹੈ ਉਹ ਹੀ ਤੁਹਾਡੇ ਨਾਲ ਕਰਾਂਗੇ ਜਿਹੜੇ ਯੂਜ਼ਰ ਉਹ ਵੀ ਆਪਣੀ ਸਮਝ ਦੇ ਮੁਤਾਬਕ ਯੂਜ਼ ਕਰਨ ਲੈਣ ਅਸੀਂ ਦੂਜੇ ਤੀਜੇ ਗੇਅਰ ਤੇ ਚੌਥੇ ਜੀ ਵੀ ਚਲਾਇਆ ਸੁੱਕੀ ਜਗ੍ਹਾ ਤੇ ਲੇਕਿਨ ਜਦੋਂ ਵੱਤਰ ਹੋਵੇ ਉਦੋਂ ਪਹਿਲੇ ਚ ਵੀ ਜਿਹੜੀਆਂ ਮੁਸ਼ਕਿਲਾਂ ਆ ਜਾਂਦੀਆਂ ਉਹ ਕੋਈ ਚੱਕਰ ਨਹੀਂ ਉਹ 54 ਕਟਰ ਵੀ ਹੋਵੇ ਤਾਂ ਪਹਿਲੇ ਚ ਆ ਜਾਂਦੀਆਂ 85 ਸਾਹ ਕੋਲੋਂ ਵੀ ਬਰਹਾਲ ਇਹ ਐਨ ਹੁਣ ਮਸੀਂ ਚਲਾਵਾਂਗੇ ਇਨਸ਼ਾਅੱਲਾ ਉਮੀਦ ਆ ਕਿ ਇਹ ਆਪਾਂ ਨੂੰ ਅੱਛਾ ਹੀ ਮਿਲੂਗਾ ਲੈਂਡ ਦਾ ਮਕਸਦ ਵੀ ਦੁਬਾਰਾ ਇਹਨਾਂ ਦਾ ਇਹੀ ਸੀਗਾ ਕਿ ਇਹਨਾਂ ਕੋਲ ਪਹਿਲਾ ਰੂਟਾ ਬੈਟਰ ਅੱਛਾ ਸੀ ਦੇਖ ਹੀ ਲਿਆ ਮਸੀਂ ਤੁਹਾਨੂੰ ਕਰੀਬ ਕਰਕੇ ਮੈਂ ਦਿਖਾ ਦਿੰਨਾ ਇਨਸ਼ਾਅੱਲਾ ਇਹ ਚੱਲਦਾ ਹੋਇਆ ਵੀ ਅਨਕਰੀਬ ਤੁਹਾਨੂੰ ਦਿਖਾਇਆ ਜਾਏਗਾ ਜੀ ਵੀਡੀਓ ਡੀਜ਼ਲ ਖਰਚ ਹਰ ਚ ਕੁਝ ਗੱਲਾਂ ਪਮੈਸ਼ ਦੀਆਂ ਕਰ ਲਈਏ ਮੈਂ ਤੁਹਾਨੂੰ ਇਹਦੀ ਪਮੈਸ਼ ਦੇ ਮੁਤਲਕ ਵੀ ਕੋਈ ਚੀਜ਼ਾਂ ਦੱਸਦਾ ਹਾਂ ਦੋਸਤੋ ਰੂਟਾ ਵੈਟਰ ਦੀ ਪਮੈਸ਼ ਦੇ ਮੁਤਲਕ ਤੁਹਾਨੂੰ ਦੱਸਦੇ ਜਾਈਏ ਕਿ 48 ਕਟਰ ਨੂੰ ਕੁਝ ਲੋਕ ਕਹਿੰਦੇ ਨੇ ਕਿ ਮੱਕੀ ਦੀਆਂ ਖੇੜਾਂ ਦੋ ਲੈ ਕੇ ਜਾਂਦਾ ਹੈ 54 ਕਟਰ ਲੋਕ ਤਾਂ ਪਸੰਦ ਕਰਦੇ ਨੇ ਕਿ ਕਈ ਬੰਦੇ ਖੇੜਾਂ ਮੱਕੀ ਦੀਆਂ ਚੌੜੀਆਂ ਕੱਟਦੇ ਨੇ ਜਾਂ ਕਪਾਹ ਦੀਆਂ ਚੌੜੀਆਂ ਹੁੰਦੀਆਂ ਤਾਂ ਵੱੱਤ ਫਿਰ ਕਪਾਹ ਦੀ ਤੇ ਮੱਕੀ ਦੋਨਾਂ ਦੀ ਤੇ ਕੰਮ ਦੇ ਜਾਂਦਾ ਲੇਕਿਨ ਮੱਕੀ ਦੀਆਂ ਬਰੀਕ ਖੇੜਾਂ ਦੇ ਉੱਤੇ ਇੰਨਾ ਕ ਰੂਟਾ ਵੈਟਰ ਜਿਹੜਾ ਇੰਨਾ ਕ ਰੂਟਾ ਵੈਟਰ ਔਰ ਢਾਈ ਮੀਂ ਖੇਲ ਤੇ ਚੜ ਜਾਂਦਾ ਹੁੰਦਾ ਰੂਟਾ ਬੈਟਰ ਜਿਹੜਾ ਇਹ ਵੀ ਤਿੰਨ ਖੇੜਾ ਨਹੀਂ ਖੜੂਗਾ ਇਹ ਵੀ ਦੋ ਹੀ ਖੜੂਗਾ ਨਹੀਂ ਤੇ ਢਾਈ ਖੜੂਗਾ ਇੱਕ ਫੇਰਾ ਤੁਹਾਨੂੰ ਖੇਲ ਦੇ ਉੱਤੇ ਚਾੜ ਕੇ ਲਿਆਉਣਾ ਪਊਗਾ ਉਸ ਤੋਂ ਬਾਅਦ ਇਹ ਦੋ ਦੋ ਲਈ ਜਾਊਗਾ ਸਾਈਡ ਵਾਲੀ ਕੁਤرائی ਜਿਹੜੀ ਢਾਈ ਵੀ ਖੇਲਦੀ ਉਹ ਇਹ ਵੱਧ ਨਾਲ ਕਰਦਾ ਜਾਊਗਾ ਯਾਨੀ ਉਹ ਐਕਸਟਰਾ ਤੈਨੂੰ ਦਿੰਦਾ ਜਾਊਗਾ ਤੀਸਰੀ ਗੱਲ 78 ਕਟਰ ਦਾ ਰੂਟਾ ਬੈਟਰ ਪ੍ਰੋਪਰ ਤਿੰਨ ਖੇੜਾ ਮਕੀਦੀਆਂ ਖੜਦਾ ਉਹਦੀ 124 ਇੰਚ ਪਰ ਮੈਸ਼ ਹੁੰਦੀ ਹੈ 72 ਕਟਰ ਵੀ ਤਿੰਨ ਖੇੜਾ ਮਕੀਦੀਆਂ ਪ੍ਰੋਪਰ ਨਹੀਂ ਖੜਦਾ ਫਿਰ ਇਹ 66 ਕਟਰ ਲੈਣ ਦੀ ਮਕਸਦ ਕੀ ਹੈ ਮੇਰਾ ਕਿ ਅਗਰ ਇਹ ਖੇੜਾ ਹੀ ਨਹੀਂ ਖੜਦਾ ਤਿੰਨ ਤੇ ਫਿਰ ਹਾਲਾਂਕਿ 78 ਨਾ ਮੈਂ ਤਿੰਨ ਖੇੜਾਂ ਤੇ ਦੇਖਿਆ ਦੂਜੇ ਲੋਜ ਬਿਹਤਰੀਨ ਮੇਰੇ 85 ਨੇ ਖਿੱਚਿਆ ਬੱਤਰ ਤੇ ਤੀਸਰਾ ਟਰੈਕਟਰ ਨੇ ਵੀ ਚੱਕਿਆ ਇਹਨੇ ਵੀ ਤੀਜਾ ਨਹੀਂ ਤੀਜਾ ਵੀ ਟਰੈਕਟਰ ਨੇ ਲਿਆ ਇਹ ਲੈਣ ਦਾ ਮਕਸਦ ਦੋਸਤੋ ਤੁਹਾਨੂੰ ਇਹ ਕੇ ਵੀ ਦੱਸ ਦੇ ਜਾਈਏ ਕਿ ਸਾਡੇ ਪਾਸੇ ਦੋਸਤੋ ਜਿਹੜਾ ਆ ਉਹ ਡਿਸਕ ਨੂੰ ਹੁਣ ਲੋਕ ਜ਼ਿਆਦਾ ਪਸੰਦ ਕਰਦੇ ਆ ਵੀ ਡਿਸਕ ਮੱਕੀ ਦੀ ਖੇੜ ਜਾਂ ਕਪਾਹ ਦੀ ਖੇੜ ਤੇ ਪਹਿਲੇ ਡਿਸਕ ਚਲਾਈ ਜਾਵੇ ਅਗਰ ਉਹਦੇ ਛਾਪੇ ਨਹੀਂ ਆ ਉਸ ਤੇ ਉੱਤੇ ਰੂਟਰ ਮਾਰਿਆ ਜਾਵੇ ਪਹਿਲੇ ਲੋਕ ਰੋਟਾ ਵੈਟਰ ਹੀ ਮਾਰਦੇ ਸੀ ਉਹ ਕਹਿੰਦੇ ਵੀ ਅਗਰ ਰੋਟਾ ਵੈਟਰ ਮਾਰੀਏ ਨਾ ਤੇ ਮੱਕੀ ਖੇੜਾਂ ਦੀ ਜਿਹੜੀ ਕਟਾਈ ਹੈ ਨਾ ਉਹ ਰੋਟਾ ਵੈਟਰ ਕਰਕੇ ਉਹਦੇ ਵਿੱਚ ਹੀ ਸਿੱਟ ਦਿੰਦਾ ਖੇੜਾਂ ਬਰਾਬਰ ਹੋ ਜਾਂਦੀਆਂ ਨੇ ਤੇ ਕੋਈ ਸਮਝ ਨਹੀਂ ਆਉਂਦੀ ਪੀਏ ਦੇ ਵਿੱਚ ਪਟਿਆ ਕੀ ਤੇ ਖੋਇਆ ਕੀ ਔਰ ਪਾਇਆ ਕੀ ਸਿਰਫ ਕੋਸੂਡਾ ਮੁੱਡਾ ਹੋਵੇ ਉੱਤੇ ਖਪਾਦਾ ਜਾਂ ਮੱਕੀ ਤਾਂ ਤੇ ਉਹ ਮਾੜਾ ਮੋਟਾ ਕੁੱਤਰ ਹੋ ਗਿਆ ਇੰਨਾ ਕਰ ਜਾਂਦਾ ਤਾਂ ਲੋਕਾਂ ਨੇ ਜਦੋਂ ਡਿਸਕਾਂ ਮਾਰੀਆਂ ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਪਟਾਈ ਅਸਲ ਜਿਹੜੀ ਉਹ ਡਿਸਕ ਹੀ ਕਰਦੀ ਹੈ ਡਿਸਕ ਨੇ ਖੇਲ ਨੂੰ ਤਾਂ ਪੱਟ ਕੇ ਪਲਟ ਕੇ ਖੋਲ ਕੇ ਜ਼ਮੀਨ ਨੂੰ ਸਿੱਟਣਾ ਹੀ ਸਿੱਟਣਾ ਬਲਕਿ 2 ਵਜਣ ਤੇ ਉਹਨੇ ਪ੍ਰੋਪਰ ਖੇਤ ਦੇ ਵਿੱਚ ਅੱਛੀ ਖਾਸੀ ਮਿੱਟੀ ਦੇ ਦੇਣੀ ਹੁੰਦੀ ਹੈ ਤਾਂ ਫਿਰ ਸਾਡੇ ਪਾਸੇ ਲੋਕ ਡਿਸਕਾ ਮਾਰਦੇ ਨੇ ਹੁਣ ਚਾਹੇ ਕੋਈ ਵੀ ਖੇਤੀ ਆ ਉਹਦੇ ਪਹਿਲੇ ਡਿਸਕ ਮਾਰਨਾ ਪਸੰਦ ਕਰਦੇ ਨੇ ਉਸ ਤੇ ਉੱਪਰ ਰੂਟਰ ਮਾਰਦੇ ਨੇ ਫਿਰ ਰੂਟਾਵਾਟਰ ਆਟੋਮੈਟਿਕ ਹੀ ਥੋੜਾ ਜਿਹਾ ਗਹਿਰਾ ਵੀ ਜਾਂਦਾ ਔਰ ਥੋੜਾ ਜਿਹਾ ਕਟਾਈ ਵੀ ਬਿਹਤਰੀਨ ਕਰਦਾ ਹੈ ਐਸੀ ਕੁਝ ਗੱਲਾਂ ਕੀਮਤਾਂ ਤੁਹਾਡੇ ਕੋਲ ਦੋਨਾਂ ਸ਼ਾਵਾਂ ਦੀਆਂ ਆ ਗਈਆਂ ਕਮੈਂਟ ਕਰਕੇ ਵੀਡੀਓ ਦੇ ਮਤਲਕ ਤੇ ਇਹਨਾਂ ਉਜ਼ਾਰਾਂ ਦੇ ਮਤਲਕ ਆਪਣੀ ਰਾਏ ਜ਼ਰੂਰ ਦੇਣੀ ਆ ਥੈਂਕਸ ਫॉर ਵਾਚਿੰਗ ਟ੍ਰੈਕਟਰ ਜੂਮ